ਜਲੰਧਰ ਵਿੱਚ ਪੁਲਿਸ ਨੇ ਇੱਕ ਪਤੀ ਪਤਨੀ ਨੂੰ 30 ਕਿਲੋ ਚੂਰਾ ਪੋਸਤ ਸਮੇਤ ਹਿਰਾਸਤ ਵਿੱਚ ਲੈ ਲਿਆ। ਇਹ ਤਸਕਰ ਜੋੜਾ ਐਕਟਿਵਾ ਤੇ ਇਲਾਕੇ ਵਿੱਚ ਭੁੱਕੀ ਦੀ ਸਪਲਾਈ ਦੇਣ ਜਾ ਰਿਹਾ ਸੀ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ SHO ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇੱਕ ਨਾਕੇ ਤੇ ਐਕਟਿਵਾ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਕਿਲੋ ਪੋਸਤ ਚੂਰਾ ਬਰਾਮਦ ਕੀਤਾ। ਪੁਲਿਸ ਨੇ ਐਕਟਿਵਾ ਸਵਾਰ ਮਹਿਲਾ ਅਤੇ ਪੁਰਸ਼ ਤੋਂ ਤਫਤੀਸ਼ ਕੀਤੀ ਤਾਂ ਉਹ ਪਤੀ ਪਤਨੀ ਨਿਕਲੇ ਅਤੇ ਲੰਬੇ ਸਮੇਂ ਤੋਂ ਉਹ ਇਲਾਕੇ ਵਿੱਚ ਭੁੱਕੀ ਵੇਚਦੇ ਆ ਰਹੇ ਸਨ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਦੋਸ਼ੀ ਜੋੜੇ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਹੈ। SH ਜਤਿੰਦਰਪਾਲ ਨੇ ਮੈਨੂੰ ਇਸ ਬਾਰੇ ਇਤਲਾਹ ਦਿੱਤੀ। ਮੈਂ ਜੋ ਮੌਕੇ 'ਤੇ ਆਪਣੀ ਪੁਲਿਸ ਪਾਰਟੀ ਦੇ ਨਾਲ ਪੁੱਜਾ, ਜੋ ਇਹਨਾਂ ਬਾਰੋਂ ਕੋਸ਼ਿਸ਼ ਕੀਤੀ, ਕੁਸ਼ਚਨ ਕਰਨ 'ਤੇ ਇਹਨਾਂ ਦੇ ਜਿਹੜੇ ਤਲਾਸ਼ੀ ਕਰਨ 'ਤੇ ਜਿਹੜਾ ਐਕਟਿਵਾ ਚਾਲਕ ਆ ਹਿੰਮਤ ਸਿੰਘ ਅਤੇ ਇਹਦੇ ਪਿੱਛੇ ਬੇਟੀ ਇਹਦੀ ਸ਼੍ਰੀਮਤੀ ਨਿਸ਼ਾ ਰੋੜੀ, ਉਹਦੇ ਫੜੇ ਹੋਏ ਹੈਂਡ ਬੈਗ ਵਿੱਚ ਕੁੱਲ 30 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਹਨ। ਨਿਸ਼ਾ ਰੋੜਾ ਦੇ ਹੱਥਾਂ 'ਚ ਫੜਿਆ ਹੋਇਆ ਬੈਗ ਅਤੇ ਐਕਟਿਵਾ ਦੇ ਵਿੱਚ ਰੱਖੀ ਬੁਰਾ ਪਲਾਸਟਿਕ ਵਿੱਚ ਜੋ ਕੁੱਲ 30 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਹਨ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 128 ਮਿਤੀ 24/7/19 ਜੀਰੋ 15/85 NDPS ਐਕਟ ਥਾਣਾ ਡਿਵੀਜ਼ਨ ਨੰਬਰ 6 ਵਿੱਚ ਦਰਜ ਰਜਿਸਟਰ ਕੀਤਾ ਗਿਆ, ਜੋ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।